ਤੇ ਅੱਜ ਆਪਾਂ ਜਿਨ੍ਹਾਂ ਵੀਰਾਂ ਦੇ ਨਾਲ ਬੈਠੇ ਹਾਂ ਅੱਜ ਤੁਹਾਨੂੰ ਇਹਨਾਂ ਦੇ ਨਾਲ ਮਿਲਾਵਾਂਗੇ। ਇਹ ਬਹੁਤ ਜ਼ਿਆਦਾ ਨਸ਼ਾ ਕਰਦੇ ਸੀਗੇ, ਇੰਨੇ ਕੁ ਜ਼ਿਆਦਾ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਸੀ ਕਿ ਕੋਈ ਕਹਿੰਦਾ ਨਹੀਂ ਸੀ ਕਿ ਇਹਨਾਂ ਨੇ ਨਸ਼ਾ ਛੱਡ ਦੇਣਾ। ਸੋ ਅੱਜ ਆਪਾਂ ਤੁਹਾਨੂੰ ਮਿਲਾਵਾਂਗੇ ਵੀਰ ਵਿੱਕੀ ਦੇ ਨਾਲ, ਬੇਅੰਤ ਸਿੰਘ ਐਂਡ ਜਗਜੀਤ ਸਿੰਘ। ਸੋ ਇਹ ਮੁੰਡੇ ਪੰਜਾਬ ਦੇ ਲਈ ਇੱਕ ਮਿਸਾਲ ਬਣੇ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਬੇਅੰਤ ਵੀਰ ਨੂੰ ਜਾਣਦੇ ਹੋਵੋਗੇ, ਵੀਰੇ ਦੀਆਂ ਬਾਹਾਂ ਚੈੱਕ ਕਰ ਸਕਦੇ ਹੋ। ਮੈਨੂੰ ਲੱਗਦਾ ਕਿਤੇ ਕੋਈ ਜਗ੍ਹਾ ਨਹੀਂ ਬਚੀ ਜਿੱਥੇ ਇਹਨਾਂ ਨੇ ਇੰਜੈਕਸ਼ਨ ਨਾ ਲਾਏ ਹੋਣ। ਇਹਨਾਂ ਦੀਆਂ ਬਾਹਾਂ ਦੇਖ ਸਕਦੇ ਹਾਂ ਤੁਸੀਂ, ਇਹਨਾਂ ਦੀਆਂ ਲੱਤਾਂ ਦੇਖ ਸਕਦੇ ਹੋ ਵੀਰੇ, ਦਿਖਾਈ ਮਾਰੇ ਤੁਸੀਂ ਲੱਤਾਂ ਦੇਖ ਸਕਦੇ ਹੋ। ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਇਹਨਾਂ ਨੇ ਟੀਕੇ ਨਾ ਲਾਏ ਹੋਣ। ਇਹ ਵੀਰ ਇੰਨਾ ਨਕਰ ਨਸ਼ਾ ਕਰਦੇ ਸੀਗੇ, ਪਰ ਅੱਜ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਚੁੱਕੇ ਨੇ। ਸੋ ਤੁਸੀਂ ਫਸੇ ਕਿਵੇਂ ਸੀ ਇਹ ਦਲਦਲ, ਤੁਸੀਂ ਕਿਵੇਂ ਆਏ, ਮਤਲਬ ਤੁਹਾਨੂੰ ਕਿਸੇ ਨੇ ਲਾਇਆ ਯਾਰਾਂ ਦੋਸਤਾਂ ਨੇ ਜਾਂ ਫਿਰ ਉਦਾਂ ਹੀ ਭੈਣ ਇਕੱਲਾ ਨਾਨੀ ਕੋਲ ਨਾਨਕੀ ਰਹਿੰਦਾ ਸੀ, ਨਾਨਕੀ ਰਹਿੰਦੇ ਸੀ, ਹਾਂਜੀ ਬਸ ਉਦਾਂ ਇਕੱਲਾ ਰਹਿ ਗਿਆ ਘਰੇ। ਅੱਛਾ, ਤੇ ਇਕੱਲਾ ਕਰੇ ਕਰ ਮੁੰਡੇ ਬਹਿਣ ਉੱਠਣ ਲੱਗ ਗਏ ਉਹਨਾਂ ਨੂੰ ਦੇਖ ਕੇ। ਆਪਾਂ ਐ ਨੀ ਕਹਿ ਸਕਦੇ ਵੀ ਨਾ ਕਿਸੇ ਨੇ ਲਾਇਆ, ਕੋਈ ਲਾਉਂਦਾ ਵੀ ਨੀ ਹੈਗਾ ਕਿਸੇ ਨੂੰ ਵੇਖ ਵੇਖ ਕੇ ਅੱਗੇ, ਹਨਾ ਉਦਾਂ ਬਸ ਨਸ਼ੇ 'ਚ ਲੱਗ ਗਿਆ। ਤੁਹਾਨੂੰ ਫਿਰ ਰੋਕਿਆ ਨੀ ਕਿਸੇ ਨੇ? ਰੋਕਿਆ ਕਿਸੇ ਨੇ ਨਹੀਂ, ਮੈਨੂੰ ਤਾਂ ਇੱਦਾਂ ਕਹਿੰਦੇ ਸੀਗੇ ਵੀ ਇਹ ਨਸ਼ਾ ਨਹੀਂ ਛੱਡ ਸਕਦਾ, ਪਰ ਮੈਨੂੰ ਇੰਨਾ ਕਿਹਾ ਵੀ ਹੁਣ ਮੈਂ ਬਿਲਕੁਲ ਨਸ਼ੇ ਤੋਂ ਦੂਰ ਹਾਂ। ਵੀ ਕਿਵੇਂ ਸੀ ਤੁਹਾਡੀ, 3 ਸਾਲ ਨਸ਼ਾ ਕੀਤਾ ਕਿ 4 ਸਾਲ? ਮੈਂ 5-7 ਸਾਲ ਨਸ਼ਾ ਕੀਤਾ ਜੀ। ਓਕੇ, ਛੋਟੀ ਉਮਰ 'ਚ ਲੱਗ ਗਏ ਸੀ ਫਿਰ? ਜਿਹੜੇ ਤੁਸੀਂ ਜਿੱਥੇ ਤੁਹਾਨੂੰ ਪਰਮਿੰਦਰ ਵੀਰ ਨੇ ਜਿੱਥੋਂ ਲੱਭਿਆ ਉੱਥੇ ਕਿਵੇਂ ਆਏ? ਉੱਥੇ ਮੇਰੇ ਪਿੰਡ ਤੋਂ ਮੁੰਡੇ ਸੀਗੇ ਜੀ, ਦਵਾਈ ਲੈ ਕੇ ਗਏ ਸੀਗੇ ਉਹਨਾਂ ਨੇ, ਕਿਸੇ ਮੁੰਡਿਆਂ ਨੂੰ ਵੀ ਦਵਾਈ ਸੀ, ਓਮਕਾਰ ਵੀਰਾ ਸੀ, ਸੀਰਾ ਸੀਗਾ, ਹੋਰ ਵੀ ਪਰਵਿੰਦਰ ਵੀਰਾ ਸੀਗਾ, ਸਾਰਿਆਂ ਨੇ ਉਹਨਾਂ ਨੇ ਦਵਾਈ ਲੈ ਕੇ ਕਿਸੇ ਮੁੰਡਿਆਂ ਨੂੰ ਦਵਾਈ ਸੀ। ਉਹਨਾਂ ਦੇ ਕਰਕੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਤੂੰ ਨਸ਼ਾ ਛੱਡਣਾ ਚਾਹੁੰਦਾ? ਉਹਨਾਂ ਨੇ ਮੈਂ ਹਾਂ ਛੱਡਣਾ ਚਾਹੁੰਦਾ। ਉਹਨਾਂ ਨੇ ਮੈਨੂੰ 10 ਦਿਨ ਪਰਖਿਆ, ਕਹਿੰਦੇ ਵੀ ਵਾਕਈ ਛੱਡਣਾ ਚਾਹੁੰਦਾ ਜਾਂ ਨਹੀਂ। ਮੈਂ ਉਹਨਾਂ ਨੂੰ ਰੋਜ਼ ਕਹਿੰਦਾ ਰਿਹਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ, ਉਹ ਮੇਰੇ ਕੋਲ ਆਉਂਦੇ ਰਹੇ। ਫਿਰ ਉਹਨੇ ਵੀਰ ਮੈਨੂੰ ਪਰਵਿੰਦਰ ਵੀਰੇ ਨੂੰ ਵੀਡੀਓ ਪਾਈ, ਉਹਨਾਂ ਨੇ ਵੀਰੇ ਮੇਰੇ ਕੋਲ ਪਹੁੰਚ ਕੇ ਉਹਨਾਂ ਨੇ ਮੈਨੂੰ ਦਵਾਈ ਵੀ ਆਪਾਂ ਨੀ ਕਹਿੰਦੇ ਦਵਾਈ, ਹਨਾ ਦਵਾਈ ਬਹੁਤ ਵਧੀਆ, ਪਰ ਥੋੜਾ ਮਨ ਨੂੰ ਵੀ ਕਰਾ ਕਰਨਾ ਚਾਹੀਦਾ ਜੀ। ਹੁਣ ਮੈਂ ਸੁਣਿਆ ਸੀਗਾ ਪਰਮਿੰਦਰ ਵੀਰੇ ਹੁਣੇ ਦੱਸਦੇ ਸੀ ਤੁਹਾਡੇ ਕੋਲ ਜ਼ਮੀਨ ਵੀ ਕਾਫੀ ਸੀ, ਤੁਸੀਂ ਜੱਟਾਂ ਦੇ? ਹਾਂਜੀ, ਜੱਟ ਜ਼ਿਮੀਂਦਾਰ ਫੈਮਿਲੀ ਨਾਲ ਬਿਲੋਂਗ ਕਰਦੇ ਹੋ। ਜ਼ਮੀਨ ਹੁਣ ਤੁਹਾਡੀ? ਜ਼ਮੀਨ ਬਸ ਨਸ਼ੇ 'ਚ ਹੀ ਪੈ ਗਈ ਜਦੋਂ। 10 ਕਿੱਲੇ ਸੀ? 10 ਕਿੱਲੇ ਸੀ। 10 ਦੇ 10 8 ਕਿੱਲੇ ਵੇਚਦੇ? 8 ਕਿੱਲੇ ਵੇਚਦੇ। ਹੁਣ ਕਿੰਨੇ ਕਿੱਲੇ? ਡੇਢ ਕਿੱਲਾ। 1.5 ਕਿੱਲਾ ਜ਼ਮੀਨ ਦਾ। ਤੁਹਾਡਾ ਘਰ ਕੌਣ ਰਹਿੰਦਾ ਹੁਣ? ਘਰੇ ਕੋਈ ਨਹੀਂ, ਮੈਂ ਤਾਂ ਮਸੀਹ 'ਚ ਰਹਿੰਦਾ ਸੀ। ਘਰ ਵੀ ਵਿਕ ਗਿਆ ਸੀ। ਅੱਛਾ, ਹੁਣ ਭੈਣ ਮੰਮੀ ਉਹ ਰਹਿੰਦੇ? ਉਦਾਂ ਉਹ ਪਿੰਡ ਆ ਜੀ ਮੇਰਾ ਪਿੰਡ, ਮੈਂ ਨਾਨਕੀ ਰਹਿ ਕੇ ਨਸ਼ੇ 'ਚ ਲੱਗ ਗਿਆ ਸੀ। ਤੁਹਾਡੇ ਫਿਰ ਨਾਨਕੇ ਵਾਲੇ ਨੇ ਤੁਹਾਨੂੰ ਕੋਸ਼ਿਸ਼ ਕੀਤੀ ਵੀ ਤੁਹਾਡਾ ਨਸ਼ਾ ਛਡਾਇਆ ਜਾਵੇ? ਪੂਰੇ ਰਹਿ ਇਕੱਲਾ ਗਿਆ ਸੀ, ਨਾ ਮਾਮਾ ਵੀ ਨਹੀਂ ਸੀਗਾ, ਨਾਨੀ ਨੂੰ, ਮਾਸੀ ਲਈ। ਫਿਰ ਹੁਣ ਕਿਵੇਂ ਲੱਗਦਾ ਜਿਵੇਂ ਨਸ਼ਾ ਛੱਡ ਕੇ, ਕਿਵੇਂ ਦਾ ਤੁਹਾਨੂੰ ਫੀਲ ਹੁੰਦਾ? ਹੁਣ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਜੀ, ਮੈਨੂੰ ਇੱਦਾਂ ਹਨਾ ਵੀ ਜਿਹੜੇ ਹੁਣ ਕਹਿੰਦੇ ਵੀ ਨਹੀਂ ਛੱਡਿਆ ਜਾ ਸਕਦਾ, ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਛੱਡਿਆ ਜਾ ਸਕਦਾ। ਸੋ ਤੁਸੀਂ ਖੁਦ ਵੀਰੇ ਦੀਆਂ ਗੱਲਾਂ ਸੁਣੀਆਂ ਨੇ, ਵੀਰੇ ਕੋਲ 10 ਕਿੱਲੇ ਜ਼ਮੀਨ ਦੇ ਸੀ ਜਿਹਦੇ ਵਿੱਚੋਂ 8 ਕਿੱਲੇ ਜ਼ਮੀਨ ਦੇ ਵੇਚ ਚੁੱਕੇ ਆ ਨਸ਼ੇ ਕਰਕੇ। ਉਹਨਾਂ ਨੂੰ ਵੀਰਾ ਬੈਠਾ ਮੇਰੇ ਕੋਲ ਬੈਠਾ ਮੇਰੇ ਨਾਲ ਰਹਿੰਦਾ ਸੀਗਾ, ਇਹ ਬਹੁਤ ਜ਼ਿਆਦਾ ਕਰਦਾ ਸੀਗਾ, ਉਹਨੇ ਇਹਨੇ ਵੀ ਫਿਰ ਇਹ ਛੱਡ ਸਕਦਾ ਤਾਂ ਮੈਨੂੰ ਨਹੀਂ। ਅੱਛਾ, ਤੁਹਾਨੂੰ ਦੇਖ ਕੇ ਵੀਰਾ ਇੱਥੇ ਆਇਆ? ਓਕੇ, ਮੇਰੇ ਕਰਕੇ ਉਹਨਾਂ ਇੱਥੇ ਰਹਿ ਰਹੇ। ਅੱਛਾ, ਚਲੋ ਵਧੀਆ ਗੱਲ ਹੈ ਹਨਾ ਤੁਹਾਡੇ ਕਰਕੇ। ਪਰ ਤੁਸੀਂ ਜਿਵੇਂ ਤੁਹਾਡੇ ਨਾਲ ਮੁੰਡੇ ਰਹਿੰਦੇ ਸੀ, ਤੁਹਾਡੀ ਟੀਮ ਸੀ ਹਨਾ, ਸਾਰਿਆਂ ਦੀ ਤੁਸੀਂ ਨਸ਼ਾ ਕਰਦੇ ਸੀ, ਤੁਸੀਂ ਚਾਹੁੰਦੇ ਹੋ ਵੀ ਉਹ ਵੀ ਇੱਥੇ ਆਉਣ ਨਸ਼ਾ ਛੱਡਣ? ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਵੀ ਛੱਡਿਆ ਜਾਵੇ ਹਨਾ, ਛੱਡਣਾ ਚਾਹੁੰਦੇ ਵੀ ਇਹ ਵਿੱਚ ਆਏ। ਬਹੁਤ ਮੁੰਡੇ ਮੇਰੇ ਨਾਲ ਦੇ ਮੁੰਡੇ ਬਹੁਤ ਦਵਾਈ ਘਰੇ ਜਾ ਕੇ ਖਾਈ ਜਾ ਰਹੇ, ਨਹੀਂ ਇੱਥੇ ਰਹਿ ਸਕਦੇ ਨਾ, ਉਹ ਘਰੇ ਜਾ ਕੇ ਛੱਡਦਾ। ਉਹਨਾਂ ਨੇ ਬਹੁਤ ਮੁੰਡੇ ਹੈਗੇ ਸੀ, ਮੈਨੂੰ ਇਹ 1.5 ਮਹੀਨਾ ਹੋ ਗਿਆ। 1.5 ਮਹੀਨਾ ਹੋਇਆ ਇੱਥੇ ਰਹਿੰਦੇ? ਤੁਸੀਂ ਕਿਹੜਾ ਨਸ਼ਾ ਜਿਹੜਾ ਕਰਦੇ ਸੀ? ਮੈਂ ਜੀ ਨਸ਼ਾ ਕੋਈ ਛੱਡਿਆ ਹੀ ਨਹੀਂ। ਅੱਛਾ, ਮੈਂ ਜੀ ਖੇਤਾਂ ਦੇ ਵਿੱਚ ਜ਼ਿਮੀਂਦਾਰ ਜਿਹੜੇ ਆਪਣੇ ਸਪਰੇਅ ਛਿੜਕਦੇ ਉਹਦੇ ਵੀ ਟੀਕੇ ਲਾਉਂਦਾ ਰਿਹਾ ਜੀ ਮੈਂ। ਅੱਛਾ, ਹਾਂਜੀ ਮੋਟਾ ਮੋਟਾ ਤੁਹਾਨੂੰ ਮੈਂ ਦੱਸ ਦਿੰਦਾ ਜੀ, 22 ਟੈਰਾ ਘੋੜਾ ਨਸ਼ੇ ਦਾ ਮੈਂ ਖਾ ਗਿਆ ਹੁਣ। ਮੈਂ ਜੀ ਸੋਨੇ ਦਾ ਕਾਰੀਗਰ ਸੀਗਾ, ਗੋਲਡ ਦਾ। ਅੱਛਾ, ਬਹੁਤ ਵਧੀਆ ਮੇਰੀ ਦੁਕਾਨ ਸੀਗੀ ਆਪਦੀ, ਇੰਨਾ ਕੁ ਵਧੀਆ ਕਾਰੀਗਰ ਸੀਗਾ। ਲੁਧਿਆਣੇ ਤੋਂ ਗਾਹਕ ਆਉਂਦੇ ਹੁੰਦੇ ਸੀਗੇ ਮੇਰੇ, ਕਸਟਮਰ ਆਉਂਦੇ ਆ ਜੀ ਮੇਰੇ ਕੋਲੋਂ ਕੰਮ ਕਰਵਾਉਣ ਵਾਸਤੇ। ਉਹਨਾਂ ਦੇ ਨਾਲ ਰਹਿੰਦਾ ਕਰਕੇ ਜੀ ਬਸ ਐਂ ਹੌਲੀ ਹੌਲੀ ਬਸ ਨਸ਼ਾ ਗਾਂਹ ਹੀ ਵੱਧਦਾ ਗਿਆ ਜੀ।
ਫੈਮਿਲੀ ਵਾਲੇ ਬਹੁਤ ਪਰੇਸ਼ਾਨ ਸੀ, ਤਿੰਨ ਕੁੜੀਆਂ ਜੀ ਮੇਰੇ। ਅੱਛਾ। ਹਾਂਜੀ, ਡੈਡੀ ਦੀ ਡੈਥ ਹੋ ਗਈ ਸੀਗੀ, ਮਾਤਾ ਨੇ ਸੈਕਿੰਡ ਮੈਰਿਜ ਕਰਾਲੀ ਸੀਗੀ ਜੀ, ਲੁਧਿਆਣੇ ਆ ਜੀ, ਉਹ ਵਰਤਦੇ ਆ ਜੀ, ਪਤਾ ਨਹੀਂ ਹੈਗਾ ਵੀ ਕੋਈ ਚੱਕਰ। ਦੋ ਭੈਣਾਂ ਸੀਗੀਆਂ ਜੀ, ਇਕੱਲਾ ਭਰਾ ਸੀਗਾ ਮੈਂ। ਫਿਰ ਤਾਂ ਤੁਹਾਡੀ ਫੈਮਿਲੀ ਲਈ ਬਹੁਤ ਔਖਾ ਹੋਣਾ, ਤਿੰਨ ਤੁਹਾਡੇ ਬੇਟੀਆਂ ਦੋ ਭੈਣਾਂ, ਹੈ ਨਾ। ਮੈਂ ਜੀ, ਮੇਰਾ ਪਿੰਡ ਮਾਣੂ ਕੇ ਗਿੱਲ ਆ ਜੀ, ਪਿੰਡ ਮੈਂ ਆਪਦੇ ਘਰੇ ਮੇਰੀ ਵਾਈਫ ਔਰ ਮੇਰੇ ਬੱਚੇ ਰਹਿੰਦੇ ਆ ਜੀ। ਹੁਣ ਮਿਲਣ ਆਉਂਦੇ ਹੁਣ ਇੱਥੇ? ਹਾਂ ਜੀ, ਮਿਲਣ ਤਾਂ ਨਹੀਂ ਆਏ ਜੀ, ਉੱਦਾਂ ਬਾਈ ਵੀਡੀਓ ਕਾਲ 'ਤੇ ਗੱਲ ਕਰ ਲੈਂਦੇ। ਡਾਕਟਰ ਸਾਹਿਬ ਮੈਨੂੰ ਕਹਿੰਦੇ ਵੀ ਜਾ ਆਓ ਪਿੰਡ ਤੁਸੀਂ। ਅੱਛਾ। ਜਾਣ ਨੂੰ ਜੀ ਨਹੀਂ ਕਰਦਾ, ਇੰਨਾ ਵਧੀਆ ਮਾਹੌਲ ਆ ਇੱਥੇ ਜੀ। ਹਾਂਜੀ, ਬਸ ਐਂ ਰਹਿੰਦਾ ਵੀ ਇਹੀ ਘਰ ਬਣ ਚੁੱਕਿਆ ਜੀ ਸਾਡਾ। ਹੁਣ ਆਪਾਂ ਤਾਂ ਇਹੀ ਚਾਹਵਾਂਗੇ ਕਿ ਤੁਸੀਂ ਬਿਲਕੁਲ ਇੱਥੋਂ ਠੀਕ ਹੋਵੋ, ਜਦੋਂ ਤੁਹਾਡਾ ਮਨ ਕਰਿਆ ਤੁਸੀਂ ਉਦੋਂ ਇੱਥੋਂ ਜਾਇਓ। ਤੇ ਬਾਕੀ ਹੁਣ ਨਸ਼ਾ ਛੱਡਿਆ ਆ, ਕੋਈ ਦਵਾਈ ਖਾਂਦੇ ਹੋ ਕਿ ਨਹੀਂ? ਦਵਾਈ ਜੀ ਬਹੁਤ ਘੱਟ ਆ ਜੀ ਮੇਰੀ, ਇੱਕ ਟਾਈਮ ਤਾਂ ਬਣਦੀ ਆ ਜੀ ਮੇਰੀ। ਹਾਂਜੀ, ਦੋ ਟਾਈਮ ਖਾਂਦਾ ਜੀ, ਇੱਕ ਇੱਕ ਕੈਪਸੂਲ ਆ ਜੀ ਬਸ, ਉਹ ਵੀ ਬਸ 4 ਦਿਨ ਨੂੰ ਮੇਰੀ ਦਵਾਈ ਬੰਦ ਹੋ ਜੀ, ਮੈਂ ਬਿਲਕੁਲ ਠੀਕ ਹਾਂ ਜੀ, ਕੰਮ ਧੰਦਾ ਸਾਰਾ ਕੁਛ ਕਰਦਾ ਜੀ। ਹੁਣ ਅਫਸੋਸ ਹੁੰਦਾ ਕਿ ਮੈਂ ਕਿਉਂ ਨਸ਼ਾ ਕੀਤਾ? ਹਾਂਜੀ, ਅਫਸੋਸ ਤਾਂ ਹੁਣ ਹੁੰਦਾ ਹੀ ਹੈ ਜੀ, ਪਰ ਕੀ ਕਰੀਏ, ਹੁਣ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਜੀ। ਹਾਂਜੀ, ਅੱਜ ਕਾਫੀ ਆਪਾਂ ਦੇਖਿਆ ਇੱਥੇ ਕਿੰਨੇ ਮੁੰਡੇ ਆਏ ਸੀ, ਹਨਾ। ਸੋ ਆਪਾਂ ਤਾਂ ਇਹ ਧੰਨਵਾਦ ਕਰਦੇ ਹਾਂ ਕਿ ਇਹ ਵੀਰ ਸਾਹਮਣੇ ਆਏ ਆ, ਹਨਾ, ਕੈਮਰੇ ਦੇ ਸਾਹਮਣੇ ਆ ਕੇ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਨਸ਼ਾ ਕਰਦੇ ਸੀ, ਅਸੀਂ ਨਸ਼ਾ ਛੱਡਿਆ ਵੀ ਆ। ਸੋ ਇਹ ਐਗਜ਼ਾਮਪਲਾਂ ਸੈੱਟ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਲਈ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਨੇੜੇ ਸਾਹਮਣੇ ਆ ਕੇ ਗੱਲ ਕਰਦੇ ਆ, ਹਨਾ। ਸੋ ਇੱਕ ਪੋਜ਼ਿਟਿਵਿਟੀ ਆ। ਸੋ ਮੈਂ ਕਹੂੰਗੀ ਜੇ ਕਮੈਂਟ ਕਰੋਗੇ ਵੀਡੀਓ ਥੱਲੇ ਤਾਂ ਪੋਜ਼ਿਟਿਵ ਕਮੈਂਟ ਕਰਿਓ, ਤਾਂ ਕਿ ਇਹ ਵੀਰ ਹੋਣੇ ਵੀ ਕਮੈਂਟ ਪੜ੍ਹ ਸਕਣ ਅਤੇ ਖੁਸ਼ ਹੋ ਸਕਣ ਅਤੇ ਪੋਜ਼ਿਟਿਵ ਹੋ ਸਕਣ। ਅਤੇ ਬਾਕੀ ਵੀਰੇ ਜਗਜੀਤ, ਸਤਿ ਸ਼੍ਰੀ ਅਕਾਲ। ਅਤੇ ਤੁਸੀਂ ਕਿੰਨਾ ਟਾਈਮ ਕੀਤਾ ਨਸ਼ਾ? ਮੈਨੂੰ ਬਈ 14-15 ਸਾਲ ਹੋ ਗਏ ਨਸ਼ਾ ਕਰਦੇ ਨੂੰ। 14-15 ਸਾਲ ਤੋਂ ਤੁਸੀਂ ਨਸ਼ਾ ਕਰਦੇ ਹੋ? ਉੱਚੀ ਬੋਲੋਗੇ, ਉੱਚੀ ਬੋਲੋ। ਅਤੇ ਫਿਰ ਤੁਸੀਂ ਕਿਵੇਂ ਪਾਏ ਸੀ? ਪਹਿਲਾਂ ਅਸੀਂ ਜੀ ਕਬੱਡੀ ਖੇਡਦੇ ਹੁੰਦੇ ਸੀ, ਜਦੋਂ ਕਬੱਡੀ ਖੇਡਦੇ ਹੁੰਦੇ ਸੀ ਮੇਰੇ ਨਾਲ ਦੇ 7-8 ਜਾਣੇ ਲਿਆਜੀ ਸੀ ਜੀ। ਅਸੀਂ ਹੌਲੀ ਹੌਲੀ ਬਸ ਵੀ ਆਹ ਲੜਾਈ ਝਗੜਿਆਂ 'ਚ ਪੈ ਗਏ, ਵੀ ਉਹੀ ਸਾਡਾ ਬਣਦਾ ਗਿਆ, ਗਰੁੱਪ ਬਣਦਾ ਗਿਆ, ਅਸੀਂ 40-50 ਜਾਣੇ ਅੱਡੋ ਅੱਡੀ ਪਿੰਡਾਂ ਦੇ ਹੋ ਗਏ। ਉਦੋਂ ਆਹ ਜਦੋਂ ਲੱਖਾ ਸਧਾਣਾ ਖੜਾ ਹੋਇਆ ਸੀ ਵੋਟਾਂ 'ਚ, ਪੀ ਪਾਰਟੀ 'ਚ, ਮਨਪ੍ਰੀਤ ਪਾਰਟੀ 'ਚ ਨਹੀਂ ਖੜਾ ਹੋਇਆ ਸੀ, ਉਦੋਂ ਉਹ ਇਹਦੇ ਮਲੂਕੇ ਦੀ ਸਪੋਰਟ 'ਤੇ ਗਏ ਸੀ ਅਸੀਂ। ਅਤੇ ਉੱਥੇ ਮੁੰਡੇ ਕੁਛ ਨਾ ਸੀਸੀਆਂ ਲੈ ਆਏ ਅਤੇ ਨਾਲ ਉਹ ਪੀਣ ਲੱਗ ਗਏ, ਮੈਂ ਵੀ ਪੀਣ ਲੱਗ ਗਿਆ। ਬਸ ਉੱਥੋਂ ਮੈਂ ਸੀਸੀਆਂ ਪੀਣੀਆਂ ਸਟਾਰਟ ਕਰਤੀਆਂ ਸੀ ਜੀ, ਮੁੜ ਕੇ ਪਿੰਡ ਆ ਕੇ ਵੀ ਪੀਣ ਲੱਗ ਗਏ, ਫਿਰ ਤਾਂ ਸੀਸੀਆਂ ਸਮਾਇਕ ਪੀਂਦੇ ਰਹੇ, ਆਹ ਚਿੱਟਾ ਜਿਹਾ ਮੁੜ ਕੇ ਆਹ ਚਿੱਟਾ ਪੀਣ ਲੱਗ ਗਏ ਸੀ। 7 ਸਾਲ ਨੂੰ 14 ਸਾਲ ਤਾਂ ਬਹੁਤ ਜ਼ਿਆਦਾ ਹੁੰਦੇ, ਪਹਿਲਾਂ ਸੀਸੀਆਂ ਸਮਾਇਕ ਪੀਂਦੇ ਹੁੰਦੇ ਸੀ। ਅੱਛਾ। ਹਾਂ, ਆਹ ਚਿੱਟਾ ਜਿਹਾ ਤਾਂ ਹੁਣ ਪੀਣ ਲੱਗੇ ਸੀ 6-7 ਸਾਲਾਂ ਜਿੰਨ ਦਾ ਹੁਣ ਆਇਆ ਚੱਲਿਆ। ਹੁਣ ਤੁਸੀਂ ਕਿੰਨੇ ਟਾਈਮ ਤੋਂ ਛੱਡਿਆ ਨਸ਼ਾ? ਮੈਨੂੰ ਹੁਣ 20 ਦਿਨ ਹੋ ਗਏ ਜੀ ਇੱਥੇ ਆਏ ਨੂੰ। 20 ਦਿਨ ਹੋ ਗਏ। ਹੁਣ ਤੁਸੀਂ ਦਵਾਈ ਚੱਲਦੀ ਆ? ਹਾਂ, ਦਵਾਈ ਚੱਲਦੀ ਆ ਜੀ। ਤੁਹਾਨੂੰ ਕਿਵੇਂ ਤੋੜ ਲੱਗਦੀ ਨਸ਼ੇ ਦੀ? ਨਹੀਂ, ਤੋੜ ਨਹੀਂ ਹੈਗੀ ਜੀ, 1% ਵੀ ਤੋੜ ਨਹੀਂ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਕਹਿਣਾਗਾ ਵੀ ਜਿਹੜੇ ਨੇ ਛੱਡਣਾ ਵੀ ਵੀਰ ਨਾਲ ਕੰਟੈਕਟ ਕਰੋ ਬਲਜਿੰਦਰ ਨਾਲ, ਹਨਾ, ਵੀ ਬਹੁਤ ਵਧੀਆ ਦਵਾਈ ਆ, ਕੋਈ ਜੀਵ ਵਾਲੀ ਉਹ ਨਹੀਂ ਹੈਗੀ, ਵੀ ਪੂਰੀ ਵਧੀਆ, ਨਾ ਕੋਈ ਤੋੜ ਆ, ਨਾਲੇ ਵੀ ਪੂਰਾ ਵਧੀਆ ਪਰਿਵਾਰ ਵਾਂਗੂ ਰੱਖਦੇ ਨੇ। ਜਦੋਂ ਤੁਸੀਂ ਨਸ਼ਾ ਕਰਦੇ ਸੀ ਉਦੋਂ ਤੁਹਾਡੇ ਪਰਿਵਾਰ ਨੇ ਨਹੀਂ ਚਾਹਿਆ ਨਸ਼ਾ? ਪਰਿਵਾਰ ਕਹਿੰਦੇ, ਮੈਂ ਮੰਮੀ ਡੈਡੀ ਸੀ ਗੱਲ ਕਰ, ਵੀ ਉਦੋਂ ਲੱਥੀ ਇੰਨੇ ਹੋ ਗਏ ਸੀ, ਕਿਸ ਤੋਂ ਡਰਦੇ ਨਹੀਂ ਹੈਗੇ ਸੀ ਜੀ। ਹਾਂਜੀ, ਸੋ ਹੁਣ ਅਫਸੋਸ ਤਾਂ ਹੁੰਦਾ ਹੀ, ਹੁਣ ਤਾਂ ਹੁੰਦਾ ਹੀ ਹੈ ਜੀ ਅਫਸੋਸ, ਵੀ ਨਾਲੇ ਮੇਰੇ ਮੰਮੀ ਡੈਡੀ ਦੀ ਵੀ ਡੈਥ ਹੋ ਗਈ, ਉਹ ਵੀ ਕਹਿੰਦੇ ਮਰ ਗਏ, ਵੀ ਤੂੰ ਆਹ ਪੁੱਠੇ ਕੰਮਾਂ 'ਚ ਪੈ ਗਿਆ। ਚੱਲ ਵੀ ਹੁਣ ਮੇਰਾ ਵਿਆਹ ਹੋ ਗਿਆ ਸੀ ਜੀ, 7-8 ਸਾਲ ਵਿਆਹ ਨੂੰ, ਮੁੰਡਾ 7 ਸਾਲ ਦਾ, ਫਿਰ ਵੀ ਹੁਣ ਜਵਾਕ ਵੀ ਹਜੇ ਥੋੜ੍ਹਾ ਜਿਹਾ ਉਹ ਕਰਦੇ ਨੇ, ਹੁਣ ਰੋਣ ਲੱਗ ਜਾਂਦੇ ਨੇ, ਫਿਰ ਆਪਦਾ ਮਨ ਤਾਂ ਖਰਾਬ ਹੁੰਦੀ ਹੈ ਜੀ, ਉਹਨਾਂ ਨੂੰ ਦੇਖ ਕੇ ਵੀ ਆਪਾਂ ਜੇ ਗਲਤ ਕੰਮ ਕਰਦੇ ਤਾਂ ਹੀ ਰਹਿੰਦੇ ਇੱਥੇ ਇੱਥੇ ਹੁਣ ਇੱਥੇ ਪਿਆਰ ਨਾਲ ਰਹਿੰਦੇ ਹਾਂ, ਵੀ ਇੱਥੇ ਹੁਣ ਘਰਦਿਆਂ ਦੇ ਵੀ ਹੁਣ ਮੇਰੇ ਵਾਈਫ ਆਉਂਦੀ ਹੈਗੀ ਮਿਲਣ ਆਉਂਦੀ, ਉਹਨਾਂ ਨੂੰ ਵੀ ਵਧੀਆ ਪਿਆਰ ਨਾਲ ਨਾ ਮਿਲਦੇ ਹਾਂ, ਕਿੱਥੇ ਉੱਥੇ ਮੈਨੂੰ ਆਏ ਸੀ ਵੀ ਜੇ ਮੇਰੇ ਸਾਹਮਣੇ ਹੋ ਜਾਣਾ ਵੀ ਮੈਂ ਮਾਰਦਾ, ਹੁਣ ਗੁੱਸਾ ਸੀਗਾ ਜਦੋਂ ਤੰਗ ਕਰਦੇ ਸੀ ਅੰਦਰ, ਵੀ ਇੱਥੇ ਵਧੀਆ ਪਿਆਰ ਨਾਲ। ਹੁਣ ਇੱਕ ਹੋਰ ਵੀ ਹੈ, ਇਸ ਆਸ਼ਰਮ ਦੀ ਵਧੀਆ ਗੱਲ ਹੈ ਕਿ ਇਹ ਖੁੱਲਾ ਰਹਿੰਦਾ 24 ਘੰਟੇ, ਹਾਂ, ਇੱਥੇ ਕੋਈ ਆਇਆ ਨਹੀਂ ਹੈਗਾ, ਤੁਹਾਨੂੰ ਲੋਕ ਲੋਕ ਤਾਂ ਨਹੀਂ ਵੱਡਾ ਲਾਇਆ ਜਾਂਦਾ? ਨਾ ਨਾ, ਇੱਥੇ ਤਾਂ ਕੋਈ ਲੋਕ ਨਹੀਂ, ਉੱਥੇ 2-2, 3-3 ਜਿੰਦੇ ਕੈਮਰੇ ਕੂਮਰੇ ਹਰ ਵਕਤ ਕੈਮਰੇ ਨੇ ਮੂਹਰੇ ਬੈਠੇ ਰਹਿੰਦੇ ਆ, ਵੀ ਕੋਈ ਮਾੜੀ ਜੀ ਵੀ ਗਲਤੀ ਨਹੀਂ ਕਰ ਸਕਦਾ ਕੋਈ, ਕਿਉਂਕਿ ਮੇਨ ਇੱਥੇ ਇਹ ਆ ਨਾ, ਇਹ ਖੁਦ ਛੱਡਣਾ ਚਾਹੁੰਦੇ ਆ, ਤਾਂ ਕਰਕੇ ਇਹ ਖੁੱਲੇ ਆ ਡੋਰ, ਤਾਂ ਕਰਕੇ ਇਹਨਾਂ ਨੂੰ ਇੱਥੇ ਤਾਂ ਆਪਦੇ ਮਨ ਨਾਲ ਵੀ ਇਹ ਡਾਕਟਰ, ਜਦੋਂ ਪਹਿਲਾਂ ਜਦੋਂ ਡਾਕਟਰ ਕੋਲ ਅਸੀਂ ਆਉਂਦੇ ਹਾਂ, ਡਾਕਟਰ ਪਹਿਲਾਂ ਐਂ ਪੁੱਛਦਾ ਹੈਗਾ ਵੀ ਤੂੰ ਭਾਈ ਨਸ਼ਾ ਛੱਡਣਾ ਚਾਹੁੰਦਾ, ਜੇ ਅਗਲਾ ਕਹਿੰਦਾ ਵੀ ਹਾਂ ਮੈਂ ਨਸ਼ਾ ਛੱਡਣਾ ਚਾਹੁੰਦਾ, ਫਿਰ ਹੀ ਇੱਥੇ ਐਡਮਿਟ ਕਰਦਾ ਗਾ, ਜੇ ਹੁਣ ਅਗਲਾ ਦਾ ਮਨ ਹੀ ਨਹੀਂ ਹੋਊਗਾ ਫਿਰ ਤਾਂ ਅਗਲੇ ਨੂੰ ਕਹਿੰਦਾ ਵੀ ਭਾਈ ਰਹਿਣ ਦੇ, ਹਨਾ, ਜੇ ਅਗਲੇ ਦਾ ਮਾਲ ਹੁਣ ਬਾਹਰ ਖੁੱਲ੍ਹਾ ਪਿਆ, ਜਿਹੜੇ ਨੇ ਭੱਜਣਾ ਭੱਜੋ, ਜਿਹੜੇ ਨੇ ਛੱਡਣਾ ਇੱਥੇ ਰਹਿ ਸਕਦਾ। ਹਾਂਜੀ,
ਚਿੜੀ ਵੱਲ ਖੇਡਣਾ ਆਉਂਦੇ ਹੋਰ ਇਹਦੇ ਦੋਸਤ ਨੇ ਉਹ ਆ ਜਾਂਦੇ ਨੇ ਸਹੁਰੇ ਵਧੀਆ ਜੀ ਲੱਗਦਾ ਗਾ ਪਰ ਮੇਰੇ ਇੱਕ ਕਹਿਣਾ ਗਾ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਹੈ ਨਾ ਤੁਸੀਂ ਆਪਣੀ ਮਨੀ ਦੇ ਵਿੱਚੋਂ ਜਾਂ ਵੈਸੇ ਹੈ ਨਾ ਜਿੰਨਾ ਕੁ ਤੁਹਾਡੇ 'ਚੋਂ ਸ਼ਰਦਾ ਵਰਦਾ ਹੈ ਨਾ ਤਾਂ ਇਹਨਾਂ ਵੀਰਾਂ ਕੋਲ ਜ਼ਰੂਰ ਆਇਆ ਕਰੋ ਅਤੇ ਇਹਨਾਂ ਨਾਲ ਗੱਲਾਂ ਵੀ ਕਰਿਆ ਕਰੋ ਅਤੇ ਹੈ ਨਾ ਕੁਛ ਗਿਫਟ ਲੈ ਕੇ ਆਇਆ ਕਰੋ ਜਾਂ ਕੁਛ ਵੀ ਜੇ ਤੁਹਾਡੇ ਕੋਲ ਹੁੰਦਾ ਨਹੀਂ ਇਹਨਾਂ ਵੀਰਾਂ ਕੋਲ ਵੀ ਜ਼ਰੂਰ ਮਿਲ ਕੇ ਜਾਇਆ ਕਰੋ ਇਹਨਾਂ ਦਾ ਇੱਕ ਹੌਸਲਾ ਵੱਧਦਾ ਇਹ ਚੀਜ਼ ਨਾਲ ਵੀ ਸਾਨੂੰ ਵੀ ਸਾਰੇ ਪਿਆਰ ਕਰਦੇ ਆ ਹੋਰ ਗੱਲ ਆ ਵੀ ਜਦੋਂ ਆਪਾਂ ਨੂੰ ਨਸ਼ਾ ਕਰਨ ਲੱਗਿਆਂ ਸ਼ਰਮ ਨਹੀਂ ਆਉਂਦੀ ਆਪਾਂ ਮਹਿਸੂਸ ਨਹੀਂ ਕਰਦੇ ਨਸ਼ਾ ਕਰਨ ਲੱਗਿਆਂ ਤਾਂ ਜਦੋਂ ਨਸ਼ਾ ਆਪਾਂ ਛੱਡਦੇ ਹਾਂ ਉਦੋਂ ਵੀ ਮੈਨੂੰ ਲੱਗਦਾ ਸ਼ਰਮ ਨਹੀਂ ਆਉਣੀ ਚਾਹੀਦੀ ਸੋ ਜੇ ਹੋਰ ਵੀ ਕੋਈ ਵੀਰ ਸਾਡੀ ਭੈਣ ਕੋਈ ਇੰਟਰਵਿਊ ਦੇਣਾ ਚਾਹੁੰਦੀ ਆ ਸੋਸ਼ਲ ਮੀਡੀਆ ਮੂਹਰੇ ਆ ਕੇ ਦੱਸਣਾ ਚਾਹੁੰਦੀ ਆ ਜਿਨ੍ਹਾਂ ਨੇ ਨਸ਼ਾ ਛੱਡਿਆ ਉਹ ਵੀ ਜ਼ਰੂਰ ਮੈਂ ਕਹਿੰਦੀ ਹਾਂ ਦੱਸਿਆ ਕਰੋ ਤਾਂ ਕਿ ਸਾਡੇ ਪੰਜਾਬ ਨੂੰ ਇੱਕ ਹੌਸਲਾ ਮਿਲੇ ਮੁੰਡਿਆਂ ਨੂੰ ਕੁੜੀਆਂ ਬਹੁਤ ਸਾਰੇ ਨੇ ਵੀਰੇ ਜਿਹੜਾ ਛੱਡਣਾ ਚਾਹੁੰਦੇ ਆ ਪਰ ਜਾਂ ਤਾਂ ਉਹਨਾਂ ਨੂੰ ਸਹੀ ਰਾਸਤਾ ਨਹੀਂ ਮਿਲਦਾ ਹੈ ਨਾ ਮੇਰੇ ਤਾਏ ਦਾ ਮੁੰਡਾ ਹੀ ਸੀਗਾ ਅਸੀਂ ਇਕੱਠੀ ਕਰਦੇ ਹੁੰਦੇ ਸੀ ਉਹਨੇ ਛੱਡ ਤੇ 3 ਸਾਲ ਹੋ ਗਏ ਬਈ ਉਹਨੇ ਛੱਡੇ ਨੂੰ ਉਹ ਉੱਥੇ ਕੋਟਕਪੂਰੇ ਛੱਡਿਆ ਸੀ ਮੈਂ ਮੁੜ ਕੇ ਛੱਡਿਆ ਨੀ ਸੀਗਾ ਤੇ ਉਹ ਹੁਣ 3 ਸਾਲ ਹੋ ਗਏ ਹਾਂ ਪਰਿਵਾਰ ਚ ਰਹਿੰਦਾ ਫੈਮਲੀ ਗੁੱਸਾ ਤਾਂ ਹੋ ਜੇ ਉਹ ਮੈਨੂੰ ਧੱਕੇ ਨਾ ਲੈ ਕੇ ਮੈਂ ਉਹਨਾਂ ਨੂੰ ਆਪ ਕਿਹਾ ਸੀਗਾ ਵੀ ਮੈਂ ਉਹਨਾਂ ਨਾਲ ਛੱਡਣਾ ਚਲੋ ਬਾਕੀ ਇਸ ਵੀਡੀਓ ਨੂੰ ਸਾਰੇ ਜਣੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਬਾਕੀ ਡਾਕਟਰ ਪਰਮਿੰਦਰ ਸਿੰਘ ਜੀ ਹਮੀਦੀ ਮਹਿਲ ਕਲਾਂ ਤੋਂ ਨੇਗੇ ਅਤੇ ਆਪਾਂ ਇਸ ਆਸ਼ਰਮ ਦੇ ਵਿੱਚ ਬੈਠੇ ਹਾਂ ਜਿਹੜਾ ਵੀ ਵੀਰ ਵੱਲੋਂ ਅਤੇ ਵੀਰ ਦੀ ਟੀਮ ਵੱਲੋਂ ਹੁਣੇ ਹੁਣੇ ਤਿਆਰ ਕੀਤਾ ਗਿਆ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਆ ਤੁਸੀਂ ਇੱਥੇ ਵੀ ਜ਼ਰੂਰ ਆਓ ਅਤੇ ਵਿਜ਼ਿਟ ਕਰਕੇ ਜਾਓ ਆਪਣੇ ਰਿਸ਼ਤੇਦਾਰਾਂ ਨੂੰ ਭੈਣਾਂ ਭਾਈਆਂ ਨੂੰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਇੱਕ ਵਾਰ ਡਾਕਟਰ ਪਰਮਿੰਦਰ ਸਿੰਘ ਜੀ ਦੇ ਨਾਲ ਜ਼ਰੂਰ ਉਹਨਾਂ ਦੀ ਗੱਲਬਾਤ ਕਰਾਓ ਧੰਨਵਾਦ ਜੀ।